ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਅਜਨਾਲਾ ਵਿਖੇ ਐਕਟਰ ਸੋਨੀਆ ਮਾਨ ਵੱਲੋਂ ਸੋਸ਼ਲ ਡਿਸਟੈਂਸ ਬਣਾਉਣ ਵਾਲੇ ਲੋਕਾਂ ਅਤੇ 24 ਘੰਟੇ ਡਿਊਟੀ ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਫੁੱਲਾਂ ਦੇ ਬੁੱਕੇ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਬੱਚਿਆਂ ਨੂੰ ਬਿਸਕਿਟ ਵੰਡੇ ਗਏ। ਇਸ ਮੌਕੇ ਐਕਟਰ ਸੋਨੀਆ ਮਾਨ ਨੇ ਕਿਹਾ ਕਿ ਉਹਨਾਂ ਲੋਕਾਂ ਨੂੰ ਬੁੱਕੇ ਵੰਡ ਰਹੇ ਹਨ ਜੋ ਲੋਕ ਕਰਫਿਊ ਦੌਰਾਨ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਇਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਸੋਸ਼ਲ ਡਿਸਟੈਂਸ ਬਣਾ ਕੇ ਰੱਖਣ ਤਾਂ ਜੋ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਅਸੀਂ ਅਜਨਾਲਾ ਹਲਕਾ ਦੇ ਵਿੱਚ ਆਏ ਹਾਂ ਔਰ ਅਸੀਂ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਗਏ ਹਾਂ ਜਿਹੜੇ ਲੋਕੀ ਘਰੋਂ ਬਾਹਰ ਨਹੀਂ ਆ ਰਹੇ। ਅਸੀਂ ਉਹਨਾਂ ਨੂੰ ਇੱਕ ਐਪਰੀਸੀਏਸ਼ਨ ਵਾਸਤੇ ਫੁੱਲ ਦੇਣ ਗਏ ਸੀਗੇ ਪੁਲਿਸ ਡਿਪਾਰਟਮੈਂਟ ਦੀ ਹੈਲਪ ਦੇ ਨਾਲ। ਮੇਰੇ ਨਾਲ ਨੇ SHO ਸਰ, ਸਬ ਇੰਸਪੈਕਟਰ ਮੈਮ, ਜਿਹੜੇ ਕਿ 24/7 ਆਪਣੇ ਨਾਕਿਆਂ ਦੇ ਖੜੇ ਹੋ ਕੇ ਡਿਊਟੀ ਦਿੰਦੇ ਨੇ। ਸੋ ਅਸੀਂ ਸੋਚਿਆ ਵੀ ਜਿਹੜਾ ਇੰਨਾ ਵਧੀਆ ਕੰਮ ਕੀਤਾ ਜਾ ਰਿਹਾ ਇਸ ਟਾਈਮ ਤੇ ਅਜਨਾਲਾ ਹਲਕਾ ਦੇ ਵਿੱਚ ਔਰ ਲੋਕੀ ਘਰੋਂ ਬਾਹਰ ਨਹੀਂ ਆ ਰਹੇ ਔਰ ਉਹਨਾਂ ਨੂੰ ਇੱਕ ਐਪਰੀਸੀਏਸ਼ਨ ਦੇਣਾ ਚਾਹੀਦਾ ਆ ਤਾਂ ਕਿ ਉਹ ਅੱਗੇ ਵੀ ਜਿਹੜੇ ਲੋਕੀ ਬਾਹਰ ਆ ਰਹੇ ਉਹਨਾਂ ਵਾਸਤੇ ਵੀ ਸਿੱਖ ਹੋਵੇ ਕਿ ਕੱਲ ਨੂੰ ਉਹਨਾਂ ਲੋਕਾਂ ਨੂੰ ਵੀ ਬੁੱਕੇ ਦਿੱਤੇ ਜਾਣਗੇ। ਇਸ ਮੌਕੇ ਡਿਊਟੀ ਤੇ ਤੈਨਾਤ ਪੁਲਿਸ ਅਧਿਕਾਰੀ ਮੈਡਮ ਰਮਨਦੀਪ ਕੌਰ ਨੇ ਕਿਹਾ ਕਿ ਜੋ ਉਹਨਾਂ ਨੂੰ ਬੁੱਕੇ ਦਿੱਤੇ ਗਏ ਹਨ ਉਸ ਲਈ ਉਹ ਬਹੁਤ ਖੁਸ਼ ਹਨ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਰੱਖਿਆ ਲਈ ਡਿਊਟੀ ਤੇ ਤੈਨਾਤ ਹਨ ਤੇ ਲੋਕ ਵੀ ਉਹਨਾਂ ਦਾ ਸਹਿਯੋਗ ਦੇਣ। ਹਾਂਜੀ, ਅੱਜ ਸਾਡੇ ਹਲਕੇ ਅਜਨਾਲਾ ਹਲਕੇ ਦੇ ਜਿਹੜੇ ਮਾਡਲ ਮੈਮ ਨੇ ਸੋਨੀਆ ਮੈਮ ਉਹ ਆਪਣੇ ਇੱਧਰ ਏਰੀਆ 'ਚ ਆਏ ਨੇ ਤੇ ਉਹਨਾਂ ਨੇ ਸਾਨੂੰ ਨਾਕਿਆਂ ਦੌਰਾਨ ਵੀ ਸਾਨੂੰ ਕਾਫੀ ਐਪਰੀਸ਼ੀਏਟ ਕੀਤਾ ਕਿ ਪੰਜਾਬ ਪੁਲਿਸ ਜਿਹੜੀ ਆ ਨਾਕਿਆਂ ਦੇ ਖੜ ਕੇ 24/7 ਡਿਊਟੀ ਕਰ ਰਹੀ ਹੈ ਐਂਡ ਪਲੱਸ ਇੱਥੋਂ ਦੇ ਜਿਹੜੇ ਲੋਕ ਨੇ ਇਸ ਪਿੰਡ ਦੇ ਲੋਕ ਨੇ ਜਿਹੜੇ ਕਿ ਜਿਨ੍ਹਾਂ ਦੀ ਇਨਫੋਰਮੇਸ਼ਨ ਸੀ ਕਿ ਇਹ ਘਰੋਂ ਬਾਹਰ ਨਹੀਂ ਨਿਕਲੇ ਇਹਨਾਂ ਨੇ ਪ੍ਰੋਪਰ ਲੋਕਡਾਊਨ ਕੀਤਾ ਆ ਉਹਨਾਂ ਨੂੰ ਐਪਰੀਸੀਏਸ਼ਨ ਦਿੱਤੀ ਗਈ ਹੈ ਉਹਨਾਂ ਨੂੰ ਬੁੱਕੇ ਦਿੱਤੇ ਗਏ ਨੇ ਛੋਟੇ ਜਿਹੇ ਬੱਚੇ ਨੇ ਜੋ ਘਰ ਦਾ ਕਹਿਣਾ ਨਹੀਂ ਮੰਨਦੇ ਫਿਰ ਵੀ ਪੇਰੈਂਟਸ ਨੇ ਉਹਨਾਂ ਨੂੰ ਘਰੇ ਬਿਠਾ ਕੇ ਰੱਖਿਆ ਉਹਨਾਂ ਨੂੰ ਪੰਜਾਬ ਪੁਲਿਸ ਵੱਲੋਂ ਮੈਮ ਵੱਲੋਂ ਇੱਕ ਬਿਸਕਿਟਸ ਦਿੱਤੇ ਗਏ ਨੇ ਤਾਂ ਕਿ ਉਹ ਘਰੇ ਰਹਿਣ ਤੇ ਲੋਕਡਾਊਨ ਨੂੰ ਫੋਲੋ ਕਰਨ। ਤੁਸੀਂ ਕੀ ਅਪੀਲ ਕਰੋਗੇ ਲੋਕ? ਅਜਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ।